ਰਾਜ ਭਰ ਕੇ ਪਿਆਰ ਮਿਲਿਆ ਉਸ ਨੂੰ ਤੇ ਇੱਕ ਗਾਣਾ ਅੱਜ ਮੈਂ ਸੁਣ ਰਿਹਾ ਸੀ ਰਮਤਾ ਗਿਲ ਗਿਲ ਰਮਤੇ ਦਾ ਗਿਲ ਰੋਂਤਾ ਗਿਲ ਰੋਂਤਾ ਹਾਂਜੀ ਤੇ ਮਤਲਬ ਗਾਣਾ ਉਹਦੇ ਵਿੱਚ ਵੀ ਜਿਹੜੀਆਂ ਉੱਥੇ ਖਰੀਵੇਂ ਮਿਲਦੀ ਜੁਲਦੀ ਜਿਹੜੀ ਆ ਉਹ ਕਲਾਕਾਰੀ ਅਦਾਕਾਰੀ ਉਸ ਨੌਜਵਾਨੇ ਦੇ ਵਿੱਚ ਦਿਖਾਈ ਆ ਕੀ ਕਹਿਣਾ ਚਾਹੋਗੇ ਇਸ ਗਾਣੇ ਬਾਰੇ ਗੱਲ ਇਦਾਂ ਜੀ ਅਸਲ ਦੇ ਵਿੱਚ ਨਾ ਉਹਨੇ ਸਮਾਜ ਦੇ ਵੀ ਸਮਾਜ ਨੂੰ ਸ਼ੀਸ਼ਾ ਦਿਖਾਇਆ ਹੈ ਹੂੰ ਗੇਲੇ ਰੋਂਤਾ ਆਪ ਗਾਉਂਦਾ ਨਹੀਂ ਉਹ ਲਿਖਦਾ ਆ ਜੀ ਪਹਿਲਾ ਗਾਣਾ ਆ ਮੈਨੂੰ ਲੱਗਦਾ ਪਹਿਲਾ ਹੀ ਆ ਜਿਹੜਾ ਗੇ ਲਰੋਂਦੇ ਨੇ ਆਪ ਗਾਇਆ ਹੂੰ ਨਿੱਕੀਆਂ ਜ਼ਮੀਰਾਂ ਪੇਜ ਵੱਡੇ ਹੁੰਦੇ ਆ ਹਾਂ ਬਲੌਗਰਾਂ ਦੇ ਪੱਲੇ ਪੱਥ ਝੱਗੇ ਹੁੰਦੇ ਆ ਹਾਂ ਲੀੜੇ ਘੱਟ ਦੇਖ ਤੂੰ ਲਾਈਕ ਵਧ ਦੇ ਹਾਂ ਤੇ ਬੰਦੇ ਕਹਿਣ ਤੀਵੀਆਂ ਨੂੰ ਲੱਗੇ ਹੁੰਦੇ ਆ ਹਾਂ ਠੀਕ ਆ ਜੀ ਇੱਕ ਗੱਲ ਕੀਤੀ ਪਹਿਲਾਂ ਇਸ ਗੱਲ ਤੇ ਗੱਲ ਕਰ ਲਈ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਨਾ ਬਲੌਗਰਾਂ ਦਾ ਜਿਹੜਾ ਕੰਮ ਚੱਲਦਾ ਜੀ ਸੰਦੀਪ ਸਿੰਘ ਜੀ ਸੋਸ਼ਲ ਮੀਡੀਆ ਤੇ ਨਾ ਜਿਹੜੀ ਕੰਟੈਂਟ ਆ ਹਾਂ ਉਹਨੂੰ ਕ੍ਰੀਏਟ ਕਰਨ ਦੇ ਲਈ ਉਹਨੂੰ ਬਣਾਉਣ ਦੇ ਲਈ ਜੀ ਪਰਵਾਰਕ ਚੀਜ਼ਾਂ ਬਲੌਗ ਦੇ ਵਿੱਚ ਦਿਖਾਇਆ ਕੀ ਜਾਂਦਾ ਹੂੰ ਕਿ ਤੁਸੀਂ ਘਰ ਦੇ ਵਿੱਚ ਰਹਿ ਕੀ ਰਹੇ ਹੋ ਤੁਸੀਂ ਖਾਦਾ ਕੀ ਆ ਪੀਤਾ ਕੀ ਉਹਦੇ ਵਿੱਚ ਕੰਮ ਦੀ ਗੱਲ ਹੂੰ 99.9% ਬਲੌਗ ਆ ਜਿਹੜੇ ਜੀ ਉਹਦੇ ਵਿੱਚ ਕੋਈ ਸਿਰ ਪੈਰ ਨਹੀਂ ਹੁੰਦਾ ਗੱਲ ਦਾ ਹੂੰ ਉਹਦੇ ਵਿੱਚ ਸਿਰਫ ਆਪਣੀਆਂ ਗੱਲਾਂ ਹੁੰਦੀਆਂ ਹੂੰ ਕੱਪੜੇ ਤੋਂ ਲੈ ਰੋਟੀ ਖਾ ਲਈ ਇਦਾਂ ਨਹੀਂ ਕਦੀ ਦੇਖੇ ਵੀ ਨਹੀਂ ਉਹ ਟਿਕਟੋਕ ਤੇ ਪੈਂਦੀਆਂ ਵੀਡੀਓ ਕਰਕੇ ਪਤਾ ਵੀ ਨਾ ਚਾਹ ਹੁੰਦਾ ਜੀ 1% ਹੈ ਜਿਨ੍ਹਾਂ ਚ ਕੋਈ ਕੰਮ ਦੀ ਗੱਲ ਹੁੰਦੀ ਹੂੰ ਜਿੱਤ ਕੋ ਸਿੱਖਣ ਨੂੰ ਮਿਲਦਾ ਸਿੱਖਣ ਨੂੰ ਮਿਲਦਾ ਜੀ ਨਾ ਤਾਂ ਕੋਈ ਰਿਸਰਚ ਆ ਨਾ ਕੋ ਗੱਲ ਆ ਨਾ ਕੋ ਬਾਤ ਆ ਸਿਰਫ ਹੂੰ ਕੰਮ ਉਦੋਂ ਚੱਲਦਾ ਹੂੰ ਬੜੀਏ ਚਿੰਤਾਜਨਕ ਗੱਲ ਆ ਚਿੰਤਾਜਨਕ ਕਾਹਨੂੰ ਕਾਹਨੂੰ ਭਾਰੇ ਭਾਰੇ ਸ਼ਾਰਦਬਾਰ ਤਰੀਕੇ ਬੇਸ਼ਰਮੀਆ ਸਿੱਧੀ ਹੂੰ ਕਿ ਜਿੰਨਾ ਚਿਰ ਔਰਤ ਨਹੀਂ ਨਾ ਬਲੌਗ ਦੇ ਵਿੱਚ ਆਉਂਦੀ ਬਲੌਗਰ ਨਹੀਂ ਬਲੌਗ ਨਹੀਂ ਚੱਲਦਾ ਨਹੀਂ ਚੱਲਦਾ ਨਹੀਂ ਚੱਲਦਾ ਸਹੀ ਗੱਲ ਸਹੀ ਗੱਲ ਬਲੌਗ ਦੇ ਵਿੱਚ ਆ ਕੇ ਤੀਵੀਂ ਆਦੀ ਮੈਂ ਆਪਦੇ ਚ ਲੜਦੇ ਆ ਕੋਈ ਖਾਣਾ ਖਾਣ ਜਾਂਦੇ ਇੱਕ ਤੇ ਕੁਲਫੀ ਖਾ ਲਈ ਐਦਾਂ ਦੀਆਂ ਵੀਡੀਓ ਜਿਹੜੀਆਂ ਚੱਲੀ ਜਾਂਦੀਆਂ ਹੂੰ ਉਹਦੇ ਵਿੱਚ ਜਿੱਦਾਂ ਜਿੱਦਾਂ ਕੱਪੜੇ ਘਟੀ ਜਾਂਦੇ ਆ ਹੂੰ ਉਹਦਾ ਉਹਦਾ ਇੰਸਟਾ ਦੇ ਉੱਤੇ ਵੀ ਤੇ ਬਲੌਗਰਾਂ ਦੇ ਵੀ ਹੂੰ ਲਾਈਕ ਵਧੀਆਂ ਦੇ ਲਾਈਕ ਵਧ ਜਾਂਦੇ ਬਿਲਕੁਲ ਤੇ ਇਹ ਹਾਂਜੀ ਉਹ ਸ਼ੇਅਰ ਵੀ ਬਹੁਤ ਹੁੰਦੇ ਆ ਉਹ ਸ਼ੇਅਰ ਬਹੁਤ ਹੁੰਦੇ ਆ ਸ਼ੇਅਰ ਬਹੁਤ ਹੁੰਦੇ ਆ ਕਿਸੇ ਦੇ ਕਾ ਉਦਾਂ ਵੀ ਸਾਡੀ ਪੰਜਾਬੀਆਂ ਦੀ ਆਦਤ ਆ ਵੀ ਕਿਸੇ ਦੇ ਘਰ ਚ ਕੀ ਹੋ ਰਿਹਾ ਸਾਨੂੰ ਬਹੁਤ ਜ਼ਿਆਦਾ ਚਿੰਤਾ ਰਹਿੰਦੀ ਹੈ ਇੰਟਰਸਟ ਬਹੁਤ ਲੈਂਦੀ ਆ ਜੀ ਤੇ ਉਹਨਾਂ ਨੇ ਇਸ ਗੱਲ ਨੂੰ ਕੈਸ਼ ਕਰਦੇ ਆ ਤੇ ਸੋਨੇ ਤੇ ਸੁਹਾਗਾ ਉਹਨਾਂ ਦੀ ਨਿਗਰ ਨਜ਼ਰ ਦੇ ਵਿੱਚ ਇਹ ਕਰ ਦਿੰਦੇ ਆ ਕਿ ਜਦੋਂ ਵਿੱਚ ਉਹ ਆਪਣੇ ਨਿੱਜੀ ਗੱਲਾਂ ਜਿਹੜੀਆਂ ਬਹੁਤ ਹਲਕੇ ਪੱਧਰ ਵਾਲੀਆਂ ਗੱਲਾਂ ਵੀ ਆਉਂਦੀਆਂ ਉਹ ਦਿਖਾਉਣ ਲੱਪੈਂਦੇ ਆ ਇਹ ਸਾਰੇ ਕੁਝ ਨੂੰ ਇਸ ਨੇ ਇਸ ਗਾਣੇ ਦੇ ਵਿੱਚ ਲਿਖਿਆ ਇੰਸਟਾ ਦੇ ਉੱਤੇ ਵੀਊ ਨੂੰ ਆਪਣੇ ਨੂੰ ਨਾ ਮੈਂਟੇਨ ਕਰਨ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਖਾਸ ਕਰਕੇ ਇੰਸਟਾ ਤੇ ਜਾਂ ਟਿਕਟੋਕ ਤੇ ਹਮ ਇੱਕ ਲੜਕੀ ਆ ਉਹਦੀ ਵੀਡੀਓ ਕਿੱਥੋਂ ਸ਼ੁਰੂ ਹੁੰਦੀ ਆ ਤੇ ਕਿੱਥੇ ਜਾ ਕੇ ਉਹਨੂੰ ਐਂਡ ਕਰਨਾ ਹਾਂ ਉਹ ਤਕਰੀਬਨ ਦੱਸਣ ਦੀ ਲੋੜ ਨਹੀਂ ਜਿਹੜੇ ਦੇਖਦੇ ਆ ਉਹਨੂੰ ਸਾਰਿਆਂ ਨੂੰ ਪਤਾ ਹਮ ਕਈ ਸਾਰੇ ਹੀ ਜਾਂਦੇ ਆ ਹਮ ਬਹੁਤ ਮਾੜਾ ਬਹੁਤ ਮਾੜਾ ਬਹੁਤ ਮਾੜਾ ਬਹੁਤ ਮਾੜਾ ਹਾਂ ਬਿਲਕੁਲ ਪਰ ਤੁਸੀਂ ਕਿਸੇ ਜੀ ਕੁੜੀ ਦਾ ਕੰਟੈਂਟ ਦੇਖ ਲਓ ਹਮ ਕਿਸੇ ਬਲੌਗਰ ਦੀ ਵੀਊ ਦੇਖ ਲਓ ਹਮ ਮਹਾਰਾਜ 1.5 ਲੱਖ 2 ਲੱਖ 2.5 ਲੱਖ 3 ਲੱਖ ਇਹ ਤਾਂ ਨਾਰਮਲ ਹੈ ਜੀ ਇਹਨਾਂ ਦਾ ਲਾਈਕ ਹਾਂ 1.5 ਲੱਖ 2 ਲੱਖ 3 ਲੱਖ 2.5 ਲੱਖ ਬਿਲਕੁਲ ਫਾਲੋਅਰ ਦੇਖ ਲਓ ਹਾਂ ਜੀ ਮਿਲੀਅਨ ਹਾਫ ਮਿਲੀਅਨ ਗਿੱਲ ਸਾਹਿਬ ਅੱਜ ਕਰਨਾ ਮੈਨੂੰ ਸਮਝ ਇੱਕੋ ਹੀ ਸਵਾਲ ਮੇਰਾ ਹਾਂ ਜੇ ਸਾਰੇ ਹੀ ਕਹਿੰਦੇ ਮਾੜੇ ਆ ਹਾਂ ਤੇ ਇਹਨਾਂ ਨੂੰ ਦੇਖੀ ਕੌਣ ਜਾਂਦਾ ਇਹ ਵੀ ਇਹ ਵੀ ਆ ਇਹ ਵੀ ਕਿਤੇ ਸਮਾਜ ਹਾਂ ਸੋਸ਼ਲ ਮੀਡੀਆ ਤੇ ਆਪਾਂ ਆ ਵੀਡੀਓ ਕੱਟ ਕੇ ਪਾ ਦੇਣੀ ਮੈਂ ਆਪਣੇ ਪੇਜ ਤੇ ਹਾਂ ਜੀ ਕਮੈਂਟ ਕਰਨ ਵਾਲੇ ਹੋਣਗੇ ਬਹੁਤ ਮਾੜਾ ਹਾਂ ਪਰ ਮੈਨੂੰ ਇਹ ਗੱਲ ਨਹੀਂ ਸਮਝ ਲੱਗਦੀ ਵੀ ਸੋਸ਼ਲ ਮੀਡੀਆ ਜਿਹੜੇ ਚਲਾਉਂਦੇ ਆ ਜਿਹੜੇ ਸਾਨੂੰ ਦੇਖਦੇ ਆ ਜਾਂ ਬਾਕੀਆਂ ਨੂੰ ਦੇਖਦੇ ਆ ਬੰਦੇ ਤਾਂ ਉਹ ਹੀ ਆ ਨਾ ਜੇ ਸਾਰੇ ਹੀ ਉਹਨਾਂ ਨੂੰ ਗਾਲਾਂ ਕੱਢਦੇ ਆ ਜਾਂ ਸਾਰੇ ਹੀ ਕਹਿੰਦੇ ਕੰਟੈਂਟ ਸਹੀ ਨਹੀਂ ਤੇ ਉਹਨਾਂ ਨੂੰ ਦੇਖੀ ਕੌਣ ਜਾਂਦਾ ਸਵਾਲ ਇਹ ਵੀ ਆ ਗਿੱਲ ਸਾਹਿਬ ਇਹ ਸਵਾਲ ਦਾ ਤੁਹਾਨੂੰ ਮੈਂ ਹੱਲ ਦੇ ਦਣਾ ਇਹਦਾ ਜਵਾਬ ਤੁਹਾਨੂੰ ਮੈਂ ਦੇ ਦਣਾ ਦੱਸੋ ਤੁਸੀਂ ਸੁਣਿਆ ਹੋਣਾ ਕਿ ਇੱਕ ਬੰਦੇ ਦੀਆਂ ਕਿਸੀਆਂ ਪੰਜ ਆਈਡੀਆ ਕਿਸੀਆਂ 10 ਆਈਡੀਆ ਹਾਂਜੀ ਕਿਸੇ ਦੀਆਂ ਦੋ ਆਈਡੀਆ ਕਿਸੀਆਂ ਤਿੰਨ ਆਈਡੀਆ ਜੀ ਆਈਡੀਆ ਤੇ ਫੋਟੋ ਕੁੜੀਆਂ ਦੀ ਵੀ ਲੱਗੀ ਆ ਤੇ ਮੁੰਡਿਆਂ ਦੀ ਵੀ ਲੱਗੀ ਤੇ ਬਜ਼ੁਰਗਾਂ ਦੀ ਵੀ ਲੱਗੀ ਹੋਇਆ ਤੇ ਹੋਰ ਤਰ੍ਹਾਂ ਤਰ੍ਹਾਂ ਜਨਰਾਂ ਦੀ ਫੋਟੋ ਵੀ ਲਾਈਓ ਆ ਪਰ ਪਤਾ ਹੀ ਨਾ ਲੱਗੇ ਬੰਦਾ ਹੈ ਕੌਣ ਆ ਜੀ ਹੁਣ ਤੁਸੀਂ ਉਹ ਕਹਿੰਦੇ ਤੁਸੀਂ ਗੱਲ ਕੀਤੀ ਵੀ ਉਹ ਬੰਦੇ ਹੈ ਕੌਣ ਆ ਜਿਹੜੇ ਜਿਹੜੇ ਬੰਦੇ ਕਮੈਂਟ ਕਰਦੇ ਵੀ ਬਿਸ਼ਰਮੀ ਦੀ ਹੱਦ ਹੁੰਦੀ ਆ ਈਦਾਂ ਨਹੀਂ ਹੋਣਾ ਚਾਹੀਦਾ ਹੁਣ ਇੱਕ ਬੰਦਾ ਲਾਈਕ ਨੂੰ ਵੀ ਉਹੀ ਬੰਦਾ ਕਰ ਰਿਹਾ ਸਭ ਕੁਝ ਲਾਈਕ ਵੀ ਕਰ ਰਿਹਾ ਬਹੁਤ ਵਧੀਆ ਚੱਕ ਦੇ ਫੱਟੇ ਚੱਕ ਕੇ ਰੱਖ ਖਿੱਚ ਕੇ ਰੱਖ ਕੰਮ ਨੂੰ ਤੇ ਦੂਸਰੇ ਪਾਸੇ ਦੂਜੀ ਆਈਟੋ ਕਮੈਂਟ ਕਰ ਰਿਆ ਬਿਸ਼ਰਮੀ ਦੀ ਹੱਦ ਹੁੰਦੀ ਆ ਕੋਈ ਸ਼ਰਮ ਕਰ ਤੇਰੇ ਘਰ ਧੀਆਂ ਪੈਣਾ ਹੈ ਨਹੀਂ ਉਹ ਦੇਖਦਾ ਵੀ ਬਹਾ ਕਿਧਰਲੇ ਪਾਸੇ ਨੂੰ ਜਾਂਦਾ ਬੇਬਿਸ਼ਰਮੀ ਵਾਲੇ ਪਾਸੇ ਜਿੱਧਰਲੇ ਪਾਸੇ ਨੂੰ ਕਮੈਂਟ ਵਧਣਾ ਸ਼ੁਰੂ ਹੋ ਜਾਂਦੇ ਨਾ ਉਧਰੋਂ ਚੱਲਦੇ ਉਧਰ ਨੂੰ ਮੰਦਾ ਕਰ ਪੈਂਦਾ ਇਹ ਗੱਲ ਮੈਂ ਤੁਹਾਡੇ ਦਿਮਾਗ ਦੀ ਨਾ ਜਿਹੜੀ ਗੱਲ ਆ ਇਹ ਆਗਾ ਤੁਸੀਂ ਬਹੁਤ ਵਧੀਆ ਕੀਤੀ ਹੈ ਪੁਆਇੰਟ ਆ ਇਹ ਕਿਸੇ ਵੀ ਪੋਸਟ ਦੇ ਥੱਲੇ ਜਾ ਕੇ ਕਮੈਂਟ ਦੇਖ ਲਓ ਹਾਂ ਉਹਦੇ ਨਾਲ ਦੇ ਕਮੈਂਟ ਸ਼ੁਰੂ ਹੋ ਜਾਂਦੇ ਆ ਉਧਾਂ ਦੇ ਉਸੇ ਉੱਚੇ ਲੈਣ ਚ ਇਹਨੂੰ ਕੋਈ ਮੈਂ ਤੁਹਾਨੂੰ ਦਸੀਦਾ ਹੈ ਗੱਲ ਇਹ 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 ਪਤਾ ਇਹ ਇੱਕ ਇਹ ਸਾਡੇ ਸਮਾਜ ਦਾ ਇੱਕ ਨਮੂਨਾ ਪੇਸ਼ ਹੁੰਦਾ ਹਾਂ ਕਿ ਅਸੀਂ ਭੇਡ ਚਾਲ ਦੇ ਹਿਸਾਬ ਦੇ ਨਾਲ ਚੱਲਦੇ ਹਾਂ ਬੱਸ 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 ਦੂਜੀ ਗੱਲ ਉਹਨੇ ਇਹਨਾਂ ਬਲੌਗਰਾਂ ਦੀ ਗੱਲਬਾਤ ਕੀਤੀ ਆ ਦੇਖੋ ਅ ਬ੍ਰੇਕਅਪ ਹੋ ਗਿਆ ਉਹ ਜਿੰਨੀ ਨਾ ਜਿੰਨੀ ਕਿਸੇ ਦੀ ਮਿੱਟੀ ਵੱਧ ਪੱਟ ਹੁੰਦੀ ਆ ਹਾਂ ਕਿਸੇ ਦੀ ਨਾ ਕੋਈ ਤੇ ਬੇਇਜ਼ਤੀ ਹੋ ਜਾਣੀ ਹਾਂ ਜਾਂ ਕਿਸੇ ਨੇ ਕਿਸੇ ਨੂੰ ਕੁਝ ਕਹਿ ਦੇਣਾ ਹਾਂ ਤੇ ਲੋਕ ਚੌਂਮ ਬੰਦਿਆਂ ਚ ਯਾਰ ਸ਼ਰਮ ਆਉਂਦੇ ਹੀ ਯਾਰ ਕੀ ਕਰਾਂਗੇ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਕਿਸੇ ਦੀ ਨਾ ਰੀਲ ਦੇ ਬੱਚੇ ਨੇ ਬਿਸ਼ਰਮੀ ਬਹੁਤ ਜ਼ਿਆਦਾ ਖਲਾਰੇ ਉਹਦੀ ਬੱਲੇ ਬੱਲੇ ਹੁੰਦੀ ਆ ਜੀ ਉਹਦੀ ਜੇ ਵੀਡੀਓ ਸ਼ੇਅਰ ਹੋ ਗਈ ਹਾਂ ਉਹ ਇਸ ਗੱਲ ਨੂੰ ਬੇਇਜ਼ਤੀ ਨਹੀਂ ਮੰਨਦਾ ਕਿ ਮੇਰੇ ਮੇਰੀ ਯਾਰ ਮੇਰੀ ਮਿੱਟੀ ਪੱਟ ਹੋ ਗਈ ਦੇਖੋ ਅਗਲਾ ਕਹਿੰਦਾ ਮੇਰੀ ਹੁਣ ਟੌਰ ਬਣੀ ਆ ਹੁਣ ਬਣਿਆ ਮੈਂ ਸੈਲੀਬ੍ਰਿਟੀ ਗਿੱਲ ਸਾਹਿਬ ਇਹ ਕੋਸ਼ਿਸ਼ ਬੰਦਾ ਹਰ ਕੋਈ ਕਰਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਮੇਰੀ ਰੀਲ ਜਿਹੜੀ ਉਹ ਵਾਇਰਲ ਹੋਵੇ ਹਾਂ ਜੇ ਤਾਂ ਬੰਦਾ ਕੋਸ਼ਿਸ਼ ਕਰਦਾ ਵੀ ਕੋਈ ਇਹੋ ਜਿਹਾ ਕੰਮ ਕਰਾ ਕਿ ਜਿਹੜਾ ਲੋਕਾਂ ਨੂੰ ਸਿੱਖਿਆ ਮਿਲਦੀ ਹੋਵੇ ਤੇ ਲੋਕ ਮੈਨੂੰ ਪ੍ਰੇਜ਼ ਕਰਨਗੇ ਬਾਕੀ ਬਹੁਤ ਵਧੀਆ ਬੰਦੇ ਨੇ ਕੰਮ ਕੀਤਾ ਜੀ ਹਮ ਉਹ ਟਰਾਈ ਕਰਦਾ ਪਰ ਕੋਈ ਨਹੀਂ ਉਹ ਸੁਣਦਾ ਉਹ ਇਦਾਂ ਕਰਦੇ ਇਦਾਂ ਵੀਡੀਓ ਆਈ ਚੱਲਗਾ ਚੱਲਗਾ ਜਦੋਂ ਉਹੋ ਹੀ ਬੰਦਾ ਕੋਈ ਕੰਟਰੋਵਰਸੀ ਵਾਲੀ ਗੱਲ ਕਰਦਾ ਨਾ ਕਿਸ ਕਿਸੇ ਨੂੰ ਕਿਸੇ ਨੂੰ ਟਾਰਗੇਟ ਕਰਦਾ ਉਹ ਥੋੜਾ ਜਨੂੰ ਸਹਾਰਾ ਜਾਂ ਮਿਲ ਜਾਂਦਾ ਉਹ ਜਦੋਂ ਉਹਨੂੰ ਥੋੜਾ ਜਿਹਾ ਸਹਾਰਾ ਮਿਲਦਾ ਫੇ ਉਹ ਦੂਸਰੀ ਆਈਡੀ ਤੋਂ ਨਾ ਆਪਣੀ ਤੋਂ ਜਿਹੜੀ ਉਹ ਹੀ ਬਣਾਈ ਹੋਈ ਹੁੰਦੀ ਆ ਉਹ ਤੇ ਫੇ ਦੁਬਾਰਾ ਉਹ ਦੁਬਾਰਾ ਉਹਨੂੰ ਸ਼ੇਅਰ ਕਰਦਾ ਸ਼ੇਅਰ ਕਰਕੇ ਜਦੋਂ ਦੇਖਦਾ ਵੀ ਗੱਲ ਬਣਦੀ ਕੀ ਨਹੀਂ ਬਣਦੀ ਜੇ ਨਹੀਂ ਬਣਦੀ ਨਾ ਤੇ ਫੇ ਉਹ ਉਹਨੂੰ ਵੀ ਛੱਡ ਦਿੰਦਾ ਫੇ ਤੀਸਰਾ ਉਹ ਸਟੈਪ ਚੱਕਦਾ ਵੀ ਇਹੋ ਜਿਹਾ ਕੋਈ ਕੰਮ ਕਰੀਏ ਵੀ ਜਿਹੜਾ ਸਿਰਾਂ ਲੱਗ ਜਾ ਸਿਰਾਂ ਹੀ ਲੱਗ ਜਾ ਵੀ ਮਹਣੋ ਮਨਾਂ ਮਤਲਬ ਲੋਕਾਂ ਨੂੰ ਮਜਬੂਰੀ ਦੇ ਵਿੱਚ ਉਹ ਕਮੈਂਟ ਕਰਨੇ ਪੈਣ ਆ ਕੁੜੀ ਆਪਣੀ ਬੀਬਾ ਇੱਕ ਸਿਮਰ ਸੰਧੂ ਆ ਇਹਦੇ ਆਪਾਂ ਬਾਅਦ ਜਾਣਾ ਅੱਛਾ ਇਹਦੇ ਤੇ ਇਹਦੇ ਆਪਾਂ ਇਹਦੀ ਤੇ ਵੀ ਅੱਜ ਗੱਲ ਕਰਨੀ ਆ ਪਹਿਲਾਂ ਬਲੌਗਰ ਵਾਲੀ ਨਿਮੇੜ ਕੇ ਨਾ ਇਹ ਗਾਣੇ ਦੇ ਦੋ ਤਿੰਨ ਪੁਆਇੰਟ ਆ ਮੈਂ ਉਹ ਆਪਾਂ ਇਹ ਗੱਲ ਕਰਕੇ ਇਹਦੇ ਉੱਲ ਕਰਦੇ ਗੱਲ ਇਹਦੀ ਅੱਛਾ ਹਾਂ ਚਲੋ ਮਤਲਬ ਉਹ ਆਪਣੇ ਕੋਸ਼ਿਸ਼ ਬੰਦਾ ਕਰਦਾ ਵੀ ਕਿਸੇ ਨਾ ਕਿਸੇ ਪਾਸੇ ਜਿਹੜਾ ਖਲਾਰਾ ਮੇਰਾ ਪੈਣਾ ਚਾਹੀਦਾ ਜਾਂ ਕਿਸੇ ਨੂੰ ਗਲਤ ਟਾਰਗੇਟ ਕਰ ਦੇਣਾ ਉਹਦਾ ਦੇਖਣਾ ਜੇ ਤਾਂ ਅਗਲੇ ਨੇ ਬੰਦੇ ਕਿਉਂਕਿ ਅੱਜ ਕੱਲ ਫੇਮ ਭਾਲਣ ਦੇ ਲਈ ਬੰਦੇ ਆਪਣੀ ਬੇਇੱਜ਼ਤੀ ਕਰਾਉਣ ਤੱਕ ਵੀ ਚਲੇ ਜਾਂਦੇ ਨੇ ਮਹਾਰਾਜ ਅੱਜ ਕੱਲ ਦੇ ਵਿੱਚ ਜਿਹੜਾ ਜਿਹੜਾ ਵਾਇਰਲ ਹੋ ਗਿਆ ਨਾ ਉਹਨੂੰ ਇੱਕੋ ਹੀ ਸ਼ਬਦ ਜਿਹੜਾ ਉੱਥੇ ਇੱਥੇ ਮਤਲਬ ਮੈਟਰ ਕਰਦਾ ਜਾਂ ਇੱਕੋ ਸ਼ਬਦ ਦੀ ਕੀਮਤ ਰਹਿ ਗਈ ਸੋਸ਼ਲ ਮੀਡੀਆ ਤੇ ਵਾਇਰਲ ਹੋਣਾ ਹਾਂ ਉਹਦੇ ਲਈ ਤੁਸੀਂ ਬੇਸ਼ੱਕ ਕਿਸੇ ਤਰ੍ਹਾਂ ਦਾ ਵੀ ਬਹੁਤ ਘਟਿਆ ਇੱਕ ਪਾਸੇ ਇੱਕ ਨਵਾਂ ਸਿੰਗਰ ਹਾਂ ਬਹੁਤ ਵਧੀਆ गा ਰਿਹਾ ਹਾਂ ਜਿਹੜਾ ਕਿਤੇ ਪਛਾਣ ਨਹੀਂ ਹੂੰ ਉਹਦੇ ਉਹਨੂੰ ਦੇਖਦੇ ਹੋਣਗੇ 5-7000 ਬੰਦੇ ਨੇ ਦੇਖ ਲਿਆ ਜੀ ਦੂਜੇ ਪਾਸੇ ਹੂੰ ਇੱਕ ਬੰਦਾ ਜਿਹਦੇ ਕੋਲੋਂ ਚਾਰ ਸ਼ਬਦ ਸਿੱਧੇ ਵੀ ਨਹੀਂ ਬੋਲੇ ਜਾਂਦੇ ਏਦਾਂ ਮਤਲਬ ਫਲੋ ਦੇ ਵਿੱਚ ਉਹ ਗੱਲ ਵੀ ਨਹੀਂ ਆਪਣੀ ਪੂਰੀ ਕਹਿ ਸਕਦਾ ਹਾਂ ਤੇ ਉਹਨੂੰ ਤੁਸੀਂ ਇੰਨਾ ਚੱਕ ਦਿੱਤਾ ਸੋਸ਼ਲ ਮੀਡੀਆ ਤੇ ਤਮਾਸ਼ੀ ਵੀ ਨਏ ਚੱਕਰ ਦੇ ਵਿੱਚ ਤਮਾਸ਼ਾ ਬਣਾਉਂਦੇ ਆ ਉਹ ਵੱਡੇ ਵੱਡੀਆਂ ਕੰਟਰੀਆਂ 'ਚ ਗੇੜੇ ਵੀ ਲੱਗ ਗਏ ਉਹਨਾਂ ਦੇ ਮੈਂ ਮਨ ਲਾ ਮੰਨ ਗਿਆ ਉਹਨੂੰ ਇੰਨਾ ਚੱਕ ਦਿੱਤਾ ਜੀ ਕਿ ਉਹ ਬੰਦਾ ਹੂੰ ਆਪਣੇ ਆਪ ਦੇ ਵਿੱਚ ਉਹ ਸਟਾਰ ਬਣ ਗਿਆ ਉਹ ਹਾਲਾਂਕਿ ਉਹ ਬੋਲ ਸਕਣ ਦੇ ਕਾਬਿਲ ਨਹੀਂ ਜਦੋਂ ਅਸੀਂ ਕਾਲਜ ਪੜ੍ਹਦੇ ਸੀ ਨਾ ਤੇ ਕੋਈ ਬੰਦਾ ਕਿਸੇ ਨਾਲ ਕੋ ਸਿੱਧੇ ਨਾਲ ਟੀਚਰ ਕਰਨੀ ਤੇ ਵਿੱਚੋਂ ਕਿਸੇ ਨਾਲ ਦੇ ਨੇ ਬੋਲ ਪਣਾ ਉਹ ਹੈਲੋ ਸਿੱਧੇ ਬੰਦੇ ਨੂੰ ਟੀਚਰਾਂ ਨਹੀਂ ਕਰੀਦੀ ਉਹਨਾਂ ਨਾਲ ਇਹ ਰਗਮ ਨਾ ਕਰੋ ਅੱਛਾ ਹੁਣ ਕੀ ਹੁੰਦਾ ਹੁਣ ਕੋਈ ਸਿੱਧਾ ਬੰਦਾ ਜਿਹੜਾ ਜਿਹਨੂੰ ਇੰਨਾ ਗਾਣੇ ਦਾ ਕੁਝ ਪਤਾ ਹਾਂ ਨਾ ਕੁਛ ਕਿਸ ਵਾਰੇ ਪਤਾ ਹੁਣ ਮੈਂ ਬੰਦੇ ਨੂੰ ਕੀ ਕੀ ਕਿਸੇ ਦੇ ਨਾਲ ਲੈਣੇ ਇੱਕ ਨਾ ਸਟੇਜ ਉੱਤੇ ਅੱਛਾ ਕੱਲ ਪਰਸੋਂ ਦੀ ਵੀਡੀਓ ਹੋਈ ਦੇਖੀ ਆ ਹਾਂ ਮੁੰਡਾ ਸਟੇਜ ਤੇ ਗਿਆ ਮੱਥਾ ਟੇਕਿਆ ਉੱਠ ਕੇ ਖੜਿਆ ਉਹਨੇ ਗਾਣਾ ਗਾਇਆ ਨਾ ਜਦੋਂ ਅੱਛਾ ਉਹ ਤੋਂ ਕੋਈ ਬੋਲ ਵੀ ਬੋਲਿਆ ਵੀ ਨਹੀਂ ਜਾਂਦਾ ਹਾਂ ਸਟੇਜ ਇੱਕ ਮੁਕੱਦਸ ਥਾਂ ਸੀ ਹਾਂ ਜਿਹਦੇ ਵਿੱਚ ਉਹ ਬੰਦੇ ਜਾਂਦੇ ਸੀ ਜਿਨ੍ਹਾਂ ਦੇ ਪੱਲੇ ਕੁਛ ਹੁੰਦਾ ਸੀ ਇਹ ਨਹੀਂ ਕਿ ਜਿਹੜਾ ਮੂੰਹ ਉੱਠਿਆ ਉਹਨੂੰ ਸਟੇਜ ਤੇ ਚਾੜਾ ਉਹ ਕਲਾ ਸਟੇਜ ਤੇ ਚੜਾ ਦਿੱਤਾ ਹਾਂ ਸਟੇਜ ਤੇ ਚੜਨੇ ਦੀ ਕੋਈ ਕੀਮਤ ਹੁੰਦੀ ਸੀ ਬਿਲਕੁਲ ਕਿ ਸਟੇਜ ਤੇ ਜੇ ਕੋਈ ਚੜਿਆ ਨਾ ਬੰਦਾ ਤੇ ਸਟੇਜ ਦੇ ਉੱਤੇ ਮੱਥਾ ਟੇਕ ਕੇ ਚੜਨ ਦੇ ਪਿੱਛੇ ਕੋਈ ਕਹਲਣਾ ਆ ਹਾਂ ਬਿਲਕੁਲ ਬਿਲਕੁਲ ਜੀ ਇਹ ਨਹੀਂ ਕਿ ਬੰਦੇ ਨੂੰ ਅਸੀਂ ਤਮਾਸ਼ੀਬੀਨਾ ਦੇ ਚੱਕਰ ਦੇ ਵਿੱਚ ਜਿਹਨੂੰ ਆਉਂਦਾ ਕੁਛ ਨਹੀਂ ਉਹਨੂੰ ਅਸੀਂ ਸਟੇਜ ਤੇ ਲੈ ਆ ਕੇ ਖੜਾ ਕਰਤਾ ਇਹਦੇ ਨਾਲ ਇੱਕ ਤਾਂ ਕਲਾ ਦੀ ਬੇਇੱਜ਼ਤੀ ਇੱਕ ਤਾਂ ਕਲਾ ਨੂੰ ਅਸੀਂ ਇੰਨਾ ਸਸਤਾ ਕਰ ਦਿੱਤਾ ਕਿ ਕਲਾਕਾਰ ਤੇ ਝੱਲਾਕਾਰ ਇੱਕ ਕਲਾਕਾਰ ਹੋ ਗਿਆ ਲੇਕਿਨ ਝੱਲੇ ਆ ਜਿਹੜੇ ਜਿੰਨਾਂ ਆ ਝੱਲਾਕਾਰ ਬਣਾਇਓ ਆ ਹਾਂ ਕਲਾਕਾਰ ਤੇ ਝੱਲਾਕਾਰਾਂ ਦੇ ਵਿੱਚ ਅਸੀਂ ਫਰਕ ਮਟੇਤਾ ਹਾਂ ਤਮਾਸ਼ੀ ਵੀ ਨਹੀਂ ਇੱਥੇ ਤੱਕ ਚਲ ਗਈ ਕਿ ਸਟੇਜ ਉੱਤੇ ਜਿਹੜੀ ਸਟੇਜ ਕਿਤੇ ਨੁਸਰ ਫਤਿਹ ali ਖਾਨ ਸਾਹਿਬ ਹੁਣ ਚੜਦੇ ਸੀ ਜਾਂ ਅਨਸਰਾ ਚੜਦੇ ਜਾਂ ਹੋਰ ਵੀ ਗਾਇਕ ਬੜੇ ਹੁਣ ਦੇ ਵੀ ਗਾਇਕ ਵਧੀਆ ਆ ਹਾਂਜੀ ਉਹਨਾਂ ਦੇ ਵਿੱਚ ਜਿਹੜਾ ਬੰਦਾ ਇੱਕ ਫਲੋ ਚ ਦੋ ਸ਼ਬਦ ਨਹੀਂ ਬੋਲ ਸਕਦਾ ਉਹ ਸਟੇਜ ਵਾਲਿਆਂ ਦੀ ਮਾਨਸਿਕਤਾ ਦੇਖੋ ਹਾਂ ਤੇ ਨਾਲ ਦੀ ਨਾਲ ਜੀ ਜਿਹੜੇ ਏਦਾਂ ਦੇ ਕੰਟੈਂਟ ਕ੍ਰியேਟਰ ਆ ਹਾਂ ਜਿਹੜੇ ਜਿਨ੍ਹਾਂ ਨੇ ਕੁਛ ਨਹੀਂ ਨਾ ਜਿਨ੍ਹਾਂ ਕੋ ਬੋਲਿਆ ਜਾਂਦਾ ਨਾ ਜਿਨ੍ਹਾਂ ਜਿਨ੍ਹਾਂ ਦੇ ਸ਼ਬਦਾਂ ਦੇ ਪਿੱਛੇ ਜਾਂ ਜਿਹਨਾਂ ਨੂੰ ਪਤਾ ਕੁਛ ਕੀ ਗੱਲ ਜਿਹੜੀ ਕਰਨੀ ਆ ਨਾ ਪਤਾ ਕੁਛ ਵੀ ਜਾਂ ਜਾਂ ਜਿਹੜੇ ਬਿਲਕੁਲ ਬੇਹੋਦਾ ਗੱਲਾਂ ਹਾਂ ਜਿਹੜੀਆਂ ਕਰਦੇ ਆ ਹਾਂ ਉਹਨਾਂ ਨੂੰ ਜਦੋਂ ਆਪਾਂ ਸਟੇਜ ਤੇ ਚੜ੍ਹ ਕੇ ਲਿਆ ਕੇ ਬੋਲਦੇ ਹੁਣ ਮੈਂ ਕਿਸੇ ਨੂੰ ਨਾਂ ਤਾਂ ਕੀ ਲੈਣਾ ਮੈਂ ਚਾਹੁੰਦਾ ਨਹੀਂ ਉਹਦਾ ਪਰ ਕਿਸੇ ਕੋਈ ਕਿ ਕੋਈ ਕੋਈ ਗੱਲ ਵਾਇਰਲ ਹੋ ਗਈ ਹਾਂ ਬਹੁਤ ਪੈਂਟਰੀ ਪਾਉਣੀ ਹਾਂ ਉਹ ਬੰਦੇ ਨੂੰ ਅਸੀਂ ਮਾਈਕ ਦੇ ਦਿੰਨੇ ਆ ਤੂੰ ਸਟੇਜ ਤੇ ਚੜ ਕੇ ਬੋਲ ਕੇ ਬਾਹੂ ਪੈਂਟ ਨਹੀਂ ਪਾਉਣੀ ਪੈਂਟ ਨਹੀਂ ਪਾਉਣੀ ਪੈਂਟ ਨਹੀਂ ਪਾਉਣੀ ਇੱਕ ਕਿਹੜੀ ਮਤਲਬ ਮਤਲਬ ਤੁਸੀਂ ਮਾਨਸਿਕਤਾ ਉਹਨਾਂ ਦੀ ਤਾਂ ਇੱਕ ਸਿਗੀ ਸਿਗੀ ਬਹੁਤ ਥਲੜ ਲੜਦੇ ਪਰ ਸਾਡੇ ਸਰੋਤਿਆਂ ਦੀ ਸਟੇਜ ਲਾਉਣ ਵਾਲਿਆਂ ਦੀ ਉਹਨਾਂ ਤੋਂ ਅੱਗੇ ਜਿਹੜੇ ਬੰਦੇ ਲਗਾਤਾਰ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਜਿਹੜਾ ਝੱਲਾ ਨਾ ਜੱਡਾ ਵੱਡਾ ਕਮਲਾ ਉਹਨੇ ਵੀ ਜ਼ਿਆਦਾ ਲਾਈਕ ਉਹਨੇ ਜ਼ਿਆਦਾ ਪਰ ਸਵਾਲ ਇੱਕ ਵੇੇ ਉੱਠਦਾ ਹਾਂ ਕਿ ਬੰਦਾ ਹਮੇਸ਼ਾ ਉਹਨੂੰ ਫੋਲੋ ਕਰੂ ਜਿਨ ਜਿਹਦੇ ਨਾਲ ਉਹਦਾ ਮਾਈਂਡ ਦਾ ਮੈਚ ਹੋ ਹਾਂ ਇਹਦਾ ਮਤਲਬ ਝੱਲਿਆਂ ਦੀ ਗਿਣਤੀ ਜ਼ਿਆਦਾ ਹੈ ਬਿਲਕੁਲ ਬਲ ਤੁਸੀਂ ਹੁਣ ਗੱਲ ਟਿਕਾਣਾ ਹੀ ਲਾ ਦਿੱਤੀ ਹੁਣ ਸਿਰੇ ਤੇ ਗੱਲ ਆ ਦਿੱਤੀ ਹੁਣ ਮੈਂ ਉਹ ਦੰਦਾ ਵੀ ਜਿਆਦਾ ਝੱਲੇ ਜਿਆਦਾ ਹੋਗਾ ਤੇ ਝੱਲੇ ਝੱਲਿਆਂ ਨੂੰ ਲਾਈਕ ਕਰੀ ਜਾਂਦੇ ਤੇ ਝੱਲੇ ਝੱਲੇ ਝੱਲਿਆਂ ਦੇ ਸੈਲੀਬ੍ਰਿਟੀ ਹੂੰ ਉਹ ਬੰਦੇ ਵਿਚਾਰੇ ਜਿਹੜੇ ਦਿਹਾੜੀ ਨਾ ਉਹ ਦਿਹਾੜੀ ਕਰਨੇ ਜੋਗਾ ਅਗਲਾ ਕਹਿੰਦਾ ਮੈਂ 5 ਲੱਖ 2.5 ਲੱਖ ਮੇਰਾ ਸਬਸਕ੍ਰਾਈਬਰ ਆ ਮੈਂ ਮੈਂ ਦਿਹਾੜੀ ਕਰਨੀ ਮੈਂ ਪ੍ਰੋਵਾਈਡ ਨਹੀਂ ਕਰਦਾ ਗਾਇ ਗੋਣਾ ਹੁੰਦਾ ਕੁਛ ਨਹੀਂ ਹਾਂ ਹਣਾ ਤਰਸ ਦੇ ਆਧਾਰ ਤੇ ਯਾਰ ਕਿਸੇ ਬੰਦੇ ਨੂੰ ਦੇਖੋ ਟੀਚਰ ਹੁੰਦੀ ਰਾ ਰਾ ਦੀ ਪਰ ਟੀਚਰ ਦੇ ਮਸਲੇ ਚ ਇਦਾਂ ਨਹੀਂ ਕਿ ਅਗਲੇ ਬੰਦੇ ਨੂੰ ਤੁਸੀਂ ਸਟੇਜ ਤੇ ਚਾੜ ਕੇ ਤੇ ਮਾਈਕ ਫੜਾ ਦੋ ਉਹ ਬੰਦਾ ਉੱਥੇ ਹੇਕਾਂ ਪੁੱਠੀਆਂ ਸਿੱਧੀਆਂ ਲਾ ਰਿਆ ਨਾ ਕੱਲੇ ਨਾ ਅੱਲੇ ਕੁਛ ਇਹਦੇ ਨਾਲ ਕਲਾ ਦੀ ਵੀ ਬੇਇੱਜ਼ਤੀ ਆ ਸਟੇਜ ਦੀ ਵੀ ਇੱਕ へਠੀ ਆ ਬਹੁਤ ਤਕ ਨਹੀਂ ਗਿੱਲ ਸਾਹਿਬ ਤੁਸੀਂ ਇਹ ਗੱਲ ਕੀਤੀ ਸੀ ਨਾ ਅਸਰਤ ਫਤਿਹ ਅਲੀ ਅਲੀ ਸਾਹਿਬ ਫਤਿਹ ਅਲੀ ਸਾਹਿਬ ਦੀ ਨਾ ਉਹਨਾਂ ਦੀ ਤਾਂ ਗੱਲ ਕੀਤੀ ਆ ਜਦੋਂ ਉਹ ਸਟੇਜ ਤੇ ਚੜ੍ਹਦੇ ਹੁੰਦੇ ਸੀ ਨਾ ਤੇ ਜਿਹੜੇ ਸੁਣਨ ਵਾਲੇ ਸੀ ਮੋਰੇ ਤੁਸੀਂ ਹੁਣ ਗੱਲ ਕੀਤੀ ਆ ਝੱਲ ਖਲਾਰਨ ਵਾਲਿਆਂ ਦੀ ਉਹ ਜਿਹੜੇ ਸਰੋਤੇ ਉਹਨਾਂ ਨੂੰ ਸੁਣਨ ਵਾਲੇ ਹੁੰਦੇ ਸੀ ਨਾ ਉਹ ਦੂਰ ਤੋਂ ਦੂਰ ਦੂਰ ਤੋਂ ਚੱਲ ਕੇ ਕਈ ਤਾਂ ਤੁਰਕੇ ਹੀ ਆਉਂਦੇ ਹੁੰਦੇ ਸੀ ਭੀ ਉਹਨਾਂ ਨੂੰ ਅਸੀਂ ਖਸੌਣੇ ਜਾਣਾ ਤਾਂ ਉਹਨਾਂ ਨੂੰ ਉਸ ਚੀਜ਼ ਬਾਰੇ ਪਤਾ ਹੁੰਦਾ ਸੀ ਉਹਨਾਂ ਨੇ ਜੋ ਕਹਿਣਾ ਉਹਦੇ ਉਹਨਾਂ ਦੇ ਕਹਿਣ ਦੇ ਵਿੱਚ ਉਹਦਾ ਵजूद ਕੀ ਆ ਪਰ ਅੱਜ ਦੇ ਜਿਹੜਾ ਹੁਣ ਐਸਲੇ ਜਿਹੜੀ ਆਪਾਂ ਜਿਹੜੀਆਂ ਗੱਲਾਂ ਵੀ ਕਰਦੇ ਆ ਜਾਂ ਕਿਸੇ ਨੂੰ ਕੋਈ ਗਾ ਕੇ ਸੁਣਾਉਨੇ ਆ ਜਾਂ ਕੋਈ ਇਹੋ ਜਿਹੀ ਜਿਹੜੀ ਵਲਡਿੰਗ ਆਪਾਂ ਬਾਹਰ ਕੱਢਨੇ ਆ ਨਾ ਤਾਂ ਉਹਦਾ ਕੋਈ ਮਤਲਬ ਆ ਤੇ ਨਾ ਹੀ ਉਹਦੀ ਗੱਲ ਕਰਨ ਦੀ ਕੋਈ ਸੈਂਸ ਬਣਦੀ ਆ ਤੇ ਆਪਾਂ ਜਿਹਦਾ ਝੱਲ ਖਲਾਰਨ ਵਾਲੀ ਆ ਉਹ ਹੀ ਮਤਲਬ ਨਾ ਤਾਂ ਉਹ ਜੇ ਸਰੋਤੇ ਰਹੇ ਆ ਤੇ ਨਾ ਤਾਂ ਉਹ ਜੇ ਗਾਉਣ ਵਾਲੇ ਰਹੇ ਆ ਵੈਸੇ ਨਾ ਜਿਹੜਾ ਸ਼ਬਦ ਆ ਉਹਦੀ ਵਿੱਚ ਕੀਮਤ ਬੜੀ ਆ ਸ਼ਬਦ ਦੇ ਵਿੱਚ ਜਾਨ ਆ ਹਾਂ ਜੇ ਤੁਸੀਂ ਸ਼ਬਦਾਂ ਦੀ ਰਿਸਪੈਕਟ ਕਰੋਗੇ ਸ਼ਬਦਾਂ ਦੀ ਇੱਜ਼ਤ ਕਰੋਗੇ ਨਾ ਤੇ ਸ਼ਬਦ ਤੁਹਾਨੂੰ ਐਸੀ ਇੱਜ਼ਤ ਦਿਵਾਉਣਗੇ ਲੋਕਾਂ ਦੇ ਵਿੱਚ ਬਿਲਕੁਲ ਬਿਲਕੁਲ ਸਹੀ ਗੱਲ ਹੈ ਲੋਕਾਂ ਦੇ ਵਿੱਚ ਜਾਣੇ ਜਾਉਂਗੇ ਤੁਸੀਂ ਆਪਣੀ ਸ਼ਬਦਾਵਲੀ ਜਾਂ ਗਾਇਕ ਆ ਆ ਗਾਣਾ ਆਇਆ ਬੱਬੂ ਮੰਦਾ ਹੂੰ ਬੱਬੂ ਮੰਦਾ ਗਾਣਾ ਤੁਸੀਂ ਸੁਣਿਆ ਹੋਣਾ ਸ਼ਾਇਦ ਜੀ ਕਿ ਐ ਨਾਲਾ ਮੱਥਾ ਇੱਕ ਖੁੰਡ ਪ੍ਰਾਣੇ ਆ ਹੂੰ ਤੂੰ ਕੀ ਵੈਲ ਸਿਖਾਉਣੇ ਹੂੰ ਇਹ ਵੈਲੀ ਵੈਲੀ ਲਾਣਾ ਵੈਲੀ ਨਹੀਂ ਕਿਹਾ ਮੈਂ ਸ਼ਬਦਾਵਲੀ ਦੇ ਉੱਤੇ ਕੋਈ ਕੋਈ ਹਰ ਕੋ ਬੰਦੇ ਦੀ ਆਪੋ ਆਪਣੀ ਨਜ਼ਰ ਆ ਮੈਂ ਉਹਦੀ ਸ਼ਬਦਾਵਲੀ ਦੇਖੀ ਕਿ ਉਹ ਬੋਲ ਕੇ ਦਾ ਰਿਹਾ ਸ਼ਬਦ ਅੱਛਾ ਜੀ ਨਹੀਂ ਤਾਂ ਬਹੁਤੇ ਲੋਕ ਕਹਿੰਦੇ ਵੈਲੀ ਹਾਂ ਉਹ ਕੀ ਕਹਿੰਦਾ ਕਿੰਦਾ ਵਾਈਲੀ ਲਾਣੇ ਅੱਛਾ ਮਤਲਬ ਜਿੱਦਾਂ ਸ਼ਬਦ ਲਿਖਿਆ ਨਾ ਹਾਂ ਬਾਵੇ ਦੇ ਉੱਤੇ ਦੋ ਦੋ ਦਲਾਵਾ ਦਲਾਵਾ ਹਾਂ ਉਬਾਈਲੀ ਲਾਣੇ ਅੱਛਾ ਉਹ ਉਹਦੇ ਵਿੱਚ ਹੋਰ ਵੀ ਮੈਂ ਸ਼ਬਦ ਦੇਖਿਆ ਮਤਲਬ ਸ਼ਬਦ ਉਚਾਰਣ ਹਾਂ ਬਿਲਕੁਲ ਵਧੀਆ ਸ਼ਬਦ ਉਚਾਰਣ ਗਾਣੇ ਦੇ ਵਿੱਚ ਉਹਨੇ ਕੀਤਾ ਮੈਂ ਦੇਖਿਆ ਸੋ ਇਹ ਗਾਣਿਆਂ ਦੇ ਵਿੱਚ ਜੇ ਤੁਸੀਂ ਸ਼ਬਦਾਂ ਦੀ ਇੱਜ਼ਤ ਕਰਦੇ ਆਂ ਤੇ ਸ਼ਬਦ ਤੁਹਾਨੂੰ ਲੋਕਾਂ ਦੇ ਵਿੱਚ ਇੱਜ਼ਤ ਦਿੰਦੇ ਆਂ ਹਾਂ ਜੇ ਤੁਸੀਂ ਆਪਣੇ ਸ਼ਬਦ ਜਿਹੜੇ ਆ ਹਾਂ ਉਹਨਾਂ ਨੂੰ ਕੱਢਣ ਲੱਗੇ ਸੋਚਦੇ ਨਹੀਂ ਜੀ ਜਿਹੜੇ ਆਪਾਂ ਅਗਲੇ ਵੀ ਗਮੁੱਦੇ ਤੇ ਵੀ ਗੱਲ ਕਰਨੀ ਆ ਜੀ ਉਹਦੇ ਸ਼ਬਦ ਕੱਢਣ ਲੱਗੇ ਸੋਚਦੇ ਨਹੀਂ ਹਾਂ ਤੇ ਮੁੜ ਕੇ ਜਿਹੜੇ ਆਪਾਂ ਨੂੰ ਲੋਕਾਂ ਦੇ ਵਿੱਚ ਜਾ ਕੇ ਆਪਾਂ ਮੁੜ ਕੇ ਮਾਫੀ ਮੰਗਣੀ ਆ ਉਹਦੇ ਸ਼ਬਦ ਜ਼ਰੂਰ ਸੋਚਣੇ ਪੈਂਦੇ ਹੁਣ ਮੈਂ ਕਹਿਣਾ ਕੀ ਆ ਜੇ ਪਹਿਲਾਂ ਸੋਚ ਕੇ ਨਾ ਬੋਲਿਆ ਹੋਵੇ ਆ ਨਹੀਂ ਬਿਲਕੁਲ ਹੋਇਆ ਬਾਅਦ ਚ ਅਗਲੀ ਗੱਲ ਉਹਨੇ ਇਸ ਗਾਣੇ ਦੇ ਵਿੱਚ ਕੀਤੀ ਆ ਹੱਕ ਤੇ ਕਹਿੰਦਾ ਹੱਕ ਸੱਚ ਚੈਨਲ ਚਲਾਉਂਦੇ ਕਦੀ ਨਹੀਂ ਹੂੰ ਠੀਕ ਆ ਜੀ ਐ ਐਡ ਸਾਡੀ ਰੁੱਕ ਜਵੇ ਚਾਉਂਦੇ ਕਦੇ ਨਹੀਂ ਹੂੰ ਠੀਕ ਆ ਜੀ মিডিਆ ਬਣਾਉਂਦੇ মিডিਆ ਚਲਾ মিডিਆ ਚਲਾਉਂਦੇ ਪੁੱਛ ਪੁੱਛ ਕਵਰਾਂ ਹੂੰ ਗਵਰਨਮੈਂਟਾਂ ਦੇ ਘਪਲੇ ਦਿਖਾਉਂਦੇ ਕਦੇ ਨਹੀਂ ਹਮ ਮਲੇ ਗੱਲ ਅਸਲੀਅਤ ਬਿਆਨ ਕੀਤੀ ਹੈ ਇਹਦੇ ਵਿੱਚ ਗੱਲਾਂ ਕੀਤੀਆਂ ਫਰੀडम ਆਫ ਸਪੀਚ ਦੀ ਕੀਤੀਆਂ ਸੋ ਕੁੱਲ ਮਿਲਾ ਕੇ ਹਾਂ ਮੀਡੀਆ ਦੀ ਵੀ ਸਚਾਈ ਦਿਖਾਤੀ ਆ ਹਾਂ ਕਿ ਮੀਡੀਆ ਜਿਹੜਾ ਲੋਕਾਂ ਦੇ ਵਿੱਚ ਨਾ ਅੱਗੇ ਚੈਨਲ ਦੇ ਉੱਤੇ ਕਿਸੇ ਆਉਣਾ ਐਂਕਰ ਨੇ ਜਾਂ ਕਿਸੇ ਖਬਰ ਦੇਣ ਵਾਲੇ ਹਾਂ ਸਾਢੇ 7 ਵਾਲਿਆਂ ਖਬਰਾਂ ਜਦੋਂ ਆਉਂਦੀਆਂ ਸੀ ਹਾਂ ਤੁਸੀਂ ਆਪਣੇ ਬਜ਼ੁਰਗਾਂ ਦੀ ਮੂੰਹ ਕਦੀ ਸੁਣਿਆ ਸੀ ਵੀ ਯਾਰ ਆ ਆ ਰਮੇਸ਼ ਕੁਮਾਰ ਗਲਤ ਬੋ ਰਿਹਾ ਹਮ ਬਿਲਕੁਲ ਕਦੀ ਕਹਿਆ ਸੀ ਨਹੀਂ ਨਹੀਂ ਉਹ ਤਾਂ ਜੋ ਜੋ ਕਿਹਾ ਸੀ ਉਹ ਮਤਲਬ ਸਹੀ ਹੁੰਦਾ ਸੀ ਖਬਰ ਉੱਥੇ ਲੱਗਦੀ ਉੱਥੋਂ ਪਤਾ ਸੀ ਖਬਰ ਮੈਂ ਹਨਾ ਕਦੀ ਸੁਣਿਆ ਸੀ ਵੀ ਯਾਰ ਆ ਆ ਖਬਰ ਜਿਹੜੀ ਆ ਆ ਸਰਕਾਰ ਦਾ ਨੈਰੇਟਿਵ ਪਿਸ਼ ਹੋ ਗਿਆ ਕਦੀ ਕਦੀ ਉਹਨਾਂ ਨੇ ਉਹ ਖਬਰ ਜਿਹੜੀ ਆਉਂਦੀ ਸੀ ਉਹਦੇ ਵਿੱਚ ਇਹੀ ਹੁੰਦਾ ਸੀ ਵੀ ਸਾਢੇ 7 ਵਾਲੀਆਂ ਖਬਰਾਂ ਆ ਰਹੀਆਂ ਖਬਰ ਸਿਰਫ ਉਸ ਵਕਤ ਤੇ ਕਿ ਖਬਰ ਸੀ ਨਾ ਖਬਰ ਦੇ ਅੱਗੇ ਸੀ ਪਿੱਛੇ ਨਾ ਕੋਈ ਪਿੱਛੇ ਸੀ ਹੁਣ ਕੀ ਆ ਹੁਣ ਤੁਸੀਂ ਖਬਰ ਜੀ ਕੋਈ ਦੇਖਦੇ ਆ ਨਾ ਪਹਿਲਾਂ ਤੁਹਾਨੂੰ ਖਬਰ ਦਾ ਅਗਲਾ ਪਿੱਛਾ ਸੋਚਣਾ ਪੈਂਦਾ ਜੇ ਤੁਸੀਂ ਡੈਮੋਕ੍ਰੇਸੀ ਦੇ ਵਿੱਚ ਨਾ ਜੀ ਸਹੀ ਢੰਗ ਨਾਲ ਆਪਣੀ ਵੋਟ ਪਾਉਣੀ ਚਾਹੁੰਦੇ ਆ ਤੇ ਜਦੋਂ ਤੁਹਾਡੇ ਮੂਰੇ ਖਬਰ ਆਉਂਦੀ ਆ ਕੋਈ ਉਸ ਖਬਰ ਨੂੰ ਇੱਕ ਵਾਰੀ ਅੱਜ ਦੇ ਜਮਾਨੇ ਦੇ ਵਿੱਚ ਹੂੰ ਉਹਨੂੰ ਘੋਖੋ ਜ਼ਰੂਰ ਹੂੰ ਤੇ ਇਹ ਖਬਰ ਜਿਹੜੀ ਐਸ ਵਕਤ ਚਲਾਈ ਜਾ ਰਹੀ ਆ ਹੂੰ ਇਹਦੇ ਪਿੱਛੇ ਕਾਰਨ ਕੀ ਆ ਕਿ ਚਲਾਈ ਜਾ ਰਹੀ ਆ ਜਾਂ ਚੱਲ ਗਈ ਆ ਜਾਂ ਚਲਵਾਈ ਜਾ ਰਹੀ ਆ ਚਲਵਾਈ ਜਾ ਰਹੀ ਆ ਹੂੰ ਬਿਲਕੁਲ ਇਹ ਇਹ ਮੀਡੀਆ ਦੀ ਸੱਚਾਈ ਜਿਹੜੀ ਆ ਉਹ ਇਦਾਂ ਜੇ ਗਾਣਿਆਂ ਦੇ ਵਿੱਚ ਆਉਣ ਲੱਗ ਪਈ ਆ ਹੂੰ ਤੇ মিডিਆ ਦੇ ਲਈ ਇੱਕ ਬਹੁਤ ਚੰਗੀ ਗੱਲ ਨਹੀਂ মিডিਆ ਦੇ ਵਿੱਚ ਲੋਕਾਂ ਦਾ ਯਕੀਨ ਇਦਾਂ ਟੁੱਟਾ ਹਮ ਭਗਵੰਤਮਾਨ ਸਰਕਾਰ ਦੇ ਵਿੱਚ ਇਸ ਵਕਤ ਜਿਹੜੀ ਆਪਾਂ ਗੱਲ ਕਰ ਰਹੇ ਆ ਨਾ মিডিਆ ਦੀ ਹਮ মিডিਆ ਉਸੇ ਰਾਹ ਉਤੇ ਤੁਰਿਆ ਜਿਸ ਰਾਹ ਦੇ ਉਤੇ ਆਪਾਂ ਕਹਿੰਦੇ ਸੀ ਵੀ ਗੋਦੀ মিডিਆ ਹਮ মিডিਆ ਦੇ ਉਤੇ ਕੰਟਰੋਲ ਟੋਟਲ ਕੰਟਰੋਲ ਆ ਜੀ ਬਿਲਕੁਲ ਉਹਦੇ ਬਾਬਤ ਆਪਾਂ ਅੱਗੇ ਇੱਕ ਇੰਟਰਵਿਊ ਹੋਈ ਉਹਦੇ ਬਾਅਦ ਗੱਲਬਾਤ ਕਰਾਂਗੇ ਸੋ ਕੁੱਲ ਮਿਲਾ ਕੇ ਹਮ ਏ ਜਿਹੜੇ ਜਾਲੀ ਵਿਦਵਾਨ ਆ ਨਾ ਹੂੰ ਉਹਨਾਂ ਦੀ ਵੀ ਗੱਲ ਕੀਤੀ ਆ ਹੂੰ ਵਿਦਵਾਨੀ ਪਤਾ ਕਿ ਇਹਨੂੰ ਕਹਿੰਦੇ ਆ ਹੂੰ ਜ਼ਿੰਦਗੀ ਦੇ ਵਿੱਚ ਤੁਸੀਂ ਮੈਂ ਇਹ ਗੱਲ ਦੇ ਪ੍ਰਤੀ ਬਹੁਤ ਕਲੀਅਰ ਆ ਹੂੰ ਕਿ ਮੈਂ ਜੇ ਕੁਝ ਬੋਲੂੰਗਾ ਜਾਂ ਮੈਂ ਇੱਥੇ ਕੁਝ ਕਹੂੰਗਾ ਤੇ ਮੈਂ ਇਹਨਾਂ ਆਪਣੇ ਦਿਮਾਗ ਦੇ ਵਿੱਚ ਬਹੁ ਚੱਕੀ ਫਿਰਾਂ ਕਿ ਮੈਂ ਸਮਾਜ ਨੂੰ ਬਦਲ ਦਊਂਗਾ ਹੂੰ ਜਾਂ ਜੋ ਮੈਂ ਕਿਹਾ ਹੂੰ ਉਹ ਮੈਂ ਮੇਰੀ ਗੱਲ ਸੁਣ ਕੇ ਲੋਕ ਉਦਾਂ ਹੀ ਕਰਨਗੇ ਹਾਂ ਮੈਨੂੰ ਨਹੀਂ ਲੱਗਦਾ ਬਿਲਕੁਲ ਗੱਲ ਸਾਹਿਬ ਹਰ ਇੱਕ ਕ ਬੰਦਾ ਹਰ ਇੱਕ ਹੋ ਸਕਦਾ ਪਰ ਹਰ ਇੱਕ ਬੰਦਾ ਚੱਲਦਾ ਆਪਣੇ ਹਿਸਾਬ ਨਾਲ ਆ ਜਿੱਦਾਂ ਉਹਨੇ ਚੱਲਣਾ ਇਹ ਤਾਂ ਬਿਲਕੁਲ ਗੱਲ ਸਹੀ ਆ ਇਹ ਪਰ ਵਿਦਵਾਨੀ ਅੱਜ ਕੱਲ ਇਦਾਂ ਦੀ ਚੱਲਦੀ ਆ ਹਰ ਇੱਕ ਬੰਦਾ ਇਹ ਸੋਚਦਾ ਕਿ ਜਿੱਦਾਂ ਗਿਆਨ ਮੇਰੇ ਕੋਲ ਆ ਨਾ ਹਾਂ ਇਹਦਾ ਕਿਸੇ ਕੋਲ ਕਿਸੇ ਕੋਲ ਹੈ ਨਹੀਂਗਾ ਹਰ ਕੋਈ ਬੰਦਾ ਵਿਦਵਾਨ ਬਣਿਆ ਫਿਰ ਤਾਂ ਗੱਲ ਤਾਂ ਸਹੀ ਆ ਹਨਾ ਆ ਆਪਾਂ ਹੁਣ ਨੈਕਸਟ ਜਿਹੜੀ ਆਪਾਂ ਨਾਲ ਖਬਰ ਅਗਲੀ ਲੈ ਆਈ ਲੋ ਬਿਲਕੁਲ ਗੱਲ ਜੋੜਦੇ ਨੇ ਮੱਟਾ ਵਾਲੀ ਹਾਂ ਜਿਹੜੀ ਤੁਹਾਡੇ ਨਾਲ ਇੱਕ ਜਿਹੜੀ ਜਾਂਦੇ ਜਾਂਦੇ ਕਿ ਇਹਦੇ ਨਾਲ ਗੱਲ ਜੋੜਨਾ ਤੁਸੀਂ ਕਹਿੰਦੇ ਸੀ ਨਾ ਭਈ ਅੱਜ ਕੱਲ ਸੁਣਨ ਵਾਲੇ ਕੌਣ ਆ ਤੇ ਸੁਣਾ ਅਪਾ ਅੱਜ ਗੱਲ ਕੀਤੀ ਕੰਟਰੋਵਰਸੀ ਦੀ ਅੱਜ ਕੱਲ ਜਿਹੜੀ ਕੰਟਰੋਵਰਸੀ ਹੈ ਨਾ ਗੱਲ ਸਾਹਿਬ ਉਹ ਹਰ ਗਾਇਕ ਦੇ ਕੋਲ ਆ ਤੇ ਸਰੋਤੇ ਸੁਣਨਾ ਵੀ ਉਹ ਹੀ ਚਾਹੁੰਦੇ ਆ ਹਾਂਜੀ ਇਹ ਤੁਸੀਂ ਗੱਲ ਬੱਬੂ ਮਾਨ ਦੀ ਕੀਤੀ ਸੀ ਜਾਂ ਤੁਸੀਂ ਹੋਰ ਕਰਨ ਔਜਲਾ ਜਿੰਨੇ ਵੀ ਜਿਆਨਕਿ ਕਲਾਕਾਰ ਆ ਇਹ ਜੇ ਇੱਕ ਦੂਜੇ ਦੇ ਉਲਟ ਪੁਲਟ ਗਾਣੇ ਨਹੀਂ ਗਾਉਂਦੇ ਇਹਨਾਂ ਦਾ ਵੀ ਉਹ ਗੱਲ ਨਹੀਂ ਬਣਦੀ ਜਿਸ ਹਿਸਾਬ ਨਾਲ ਇਹ ਰੀਲਾਂ ਚਲਾਉਣੀਆਂ ਆਪਣੀਆਂ ਚਾਹੁੰਦੇ ਨੇ ਕਿਉਂਕਿ ਅੱਜ ਫੈਨ ਫੈਨ ਫਾਲੋਇੰਗ ਜਿਹੜੀ ਉਹ ਵੰਡੀ ਹੋਈ ਆ ਸਰੋਤੇ ਆਪਸ ਵਿੱਚ ਵੰਡੇ ਹੋਏ ਨੇ ਇੱਕ ਦੂਜੇ ਦੇ ਨਾਲ ਸਰੋਤੇ ਫੈਨਾਂ ਦੇ ਲੜਦੇ ਦੇਖਿਆ ਸਿਰ ਪਾਰਦੇ ਦੇਖੇ ਪਰਚੇ ਹੋਏ ਦੇਖੇ ਆ ਪਰ ਕਦੀ ਇਹਨਾਂ ਅਦਾਕਾਰਾਂ ਕਲਾਕਾਰਾਂ ਉੱਤੇ ਮਤਲਬ ਇਹੋ ਜਿਹੀ ਪੋਜੀਸ਼ਨ ਨਹੀਂ ਆਉਂਦੀ ਜੋ ਸਰੋਤਿਆਂ ਦੇ ਉੱਤੇ ਜਿਹੜੀ ਆਣ ਜਿਹੜੀ ਮੁਸੀਬਤ ਤੇ ਘੜੀ ਉਹ ਆਣ ਖੜਦੀ ਆ ਕਿਉਂਕਿ ਉਹ ਦਿਲੋਂ ਲੜਦੇ ਨੇ ਪਰ ਇਹ ਚਲੋ ਕੰਟ੍ਰੋਵਰਸੀ ਸਟੇਜਾਂ ਉੱਤੇ ਲਾ ਕੇ ਤੇ ਛੱਡ ਕੇ ਚਲੇ ਜਾਂਦੇ ਨੇ ਆਪਣੇ ਆਪਣੇ ਘਰਾਂ ਤੋਂ ਮਗਰ ਉੱਥੇ ਜਿਹੜੀਆਂ ਪੱਗਾਂ ਇੱਕ ਸਰੋਤੇ ਦੀਆਂ ਤਾਂ ਦੂਜੇ ਸਰੋਤੇ ਦੀਆਂ ਲੱਤਦੀਆਂ ਬੱਬੂ ਮਾਨ ਸਾਡੇ ਤੇ ਸਟੂਡੀਓ ਆਏ ਬੱਬੂ ਮਾਨ ਦੀ ਆਪਾਂ ਗਾਣਿਆਂ ਦੀ ਹਮੇਸ਼ਾ ਮੈਂ ਸੁਣਦੇ ਰਹੇ ਹੁਣ ਜੀ 2004 ਦੇ ਵਿੱਚ ਇੱਕ ਵਾਰੀ 2003 ਦੇ ਵਿੱਚ ਇੱਕ ਵਾਰੀ ਫਗਵਾੜੇ ਆਏ ਸੀ ਹਮ ਸਟੇਜ ਲਵਾਈ ਸੀ ਸਾਡੇ ਮਿੱਤਰਾਂ ਨੇ ਉੱਥੇ ਉਹ ਵੀ ਅਸੀਂ ਉਥੇ ਨਾਲ ਸੀ ਉਸ ਸਟੇਜ ਦੇ ਉੱਤੇ ਵੀ ਇੱਕ ਚੱਕਰ ਪੈ ਗਿਆ ਹਮ ਸਟੇਜ ਦੇ ਉੱਤੇ ਬੰਦੇ ਜਿਹੜੇ ਉਹ ਗਲ ਪਣਾ ਚਾਹੁੰਦੇ ਸੀ ਉੱਥੇ ਰਫੜ ਪੈ ਗਿਆ ਜੀ ਚਲੋ ਅਸੀਂ ਵੀ ਉੱਥੇ ਨਾਲ ਸੀ ਹੂੰ ਉਹ ਵਾਹੀਂ ਬੰਦੇ ਉਹ ਰੋਕ ਦਿੱਤੇ ਅਸੀਂ ਜੀ ਅਸੀਂ ਨਹੀਂ ਉੱਥੇ ਤਾਈ ਪਹੁੰਚਣ ਦਿੱਤੇ ਹਨਾ ਬਾਅਦ ਦੇ ਵਿੱਚ ਬੱਬੂ ਮਾਨ ਇੱਥੇ ਆਏ 16 ਜਾਈ 16 ਚ 16 ਚ ਨਹੀਂ 17 17 17 17 ਆਪਾਂ ਉਹ ਰਿਸ਼ਤੇਦਾਰੀ ਨਹੀਂ ਕੱਢੀ ਹਮ ਮੈਂ ਉਹਨੂੰ ਦੱਸਿਆ ਕਿ ਪਾਜੀ ਹਾਂ ਮੈਂ ਪੱਗ ਬੂਗਵਾਂ ਲਈ ਹੁਣ ਮੈਂ ਚੇਂਜ ਹੋ ਗਿਆ ਹੁਣ ਮੈਂ ਆਪਾ ਜੇ ਤਾਂ ਫੁਲਾਨੀ ਜਗ੍ਹਾ ਮਿਲੇ ਮੈਂ ਤੁਹਾਡੇ ਕਰਕੇ ਐ ਕੀਤਾ ਸੀ ਮੈਂ ਕਰਦਾ ਸੀ ਨਹੀਂ ਸਹੀ ਹੈ ਜੀ ਸਹੀ ਹੈ ਕੋਈ ਗੱਲ ਨਹੀਂ ਕੀਤੀ ਗਾਣੇ ਦੇ ਕਿਸੇ ਗਾਇਕ ਦੇ ਗਾਇਕੀ ਦਾ ਜਾਂ ਕਲਾ ਦਾ ਜਿਹੜਾ ਆਪਾਂ ਪ੍ਰਸ਼ੰਸਕ ਹੁਣ ਇੱਕ ਗੱਲ ਲਿਆ ਹਮ ਇੱਥੇ ਬਹੁਤ ਸਾਰੇ ਲੋਕ ਫੋਟੋਆਂ ਕਰਾਉਣ ਆਏ ਹਮ ਹਰ ਇੱਕ ਬੰਦੇ ਦੀ ਫੋਟੋ ਖਿੱਚੀ ਹਮ ਪਰ ਲੋਕਾਂ ਦੇ ਵਿੱਚ ਕ੍ਰੇਜ਼ ਇੰਨਾ ਸੀ ਕਿ ਕੋਈ ਕੈਮਰਾ ਫੜਨੇ ਵਾਲਾ ਨਹੀਂ ਸੀ ਫੋਨ ਹੂੰ ਮੈਂ ਫੋਟੋ ਤੱਕ ਨਹੀਂ ਉਹਨਾਂ ਨਾਲ ਕਰਾ ਹੋਈ ਹੂੰ ਅਸਲ ਦੇ ਵਿੱਚ ਵੀ ਫੋਟੋ ਜਿਹੜੀ ਇੱਕ ਨਾ ਐ ਇੱਕ ਸ਼ੁਰੂ ਤੋਂ ਮੇਰੇ ਦਿਮਾਗ 'ਚ ਆ ਰਹੀ ਆ ਇਹ ਇਹ ਕੋਈ ਡਿਸਰੈਸਪੈਕਟ ਨਹੀਂ ਕਿਸੇ ਦੀ ਹੂੰ ਕਿ ਆਪਾਂ ਕਿਸੇ ਨੂੰ ਡਿਸਰੈਸਪੈਕਟ ਕਰਦੇ ਆ ਸਹੀ ਆ ਇਹ ਸਿਰਫ ਸੈਲਫ ਰਿਸਪੈਕਟ ਆ ਹੂੰ ਬਿਲਕੁਲ ਸਹੀ ਆ ਕਿ ਅਜੀਬ ਲਾਈਕ ਨਹੀਂ ਲੱਗਣਾ ਕਿਥੇ ਭੀੜੇ ਭੀੜ ਚ ਹੂੰ ਕਿ ਅਸੀਂ ਭੀੜ ਚ ਲਾ ਕੇ ਗਏ ਭਾਜੀ ਮੈਂ ਫੋਟੋ ਕਰਉਣੀ ਭਾਜੀ ਮੈਂ ਫੋਟੋ ਕਰਣੀ ਭਾਜੀ ਭਾਜੀ ਆਉਣ ਵਾਲਾ ਵੱਖਰਾ ਸਾਡਾ ਇੱਕ ਵੱਖਰਾ ਲੈਵਲ ਹੈ ਠੀਕ ਹੈ ਨਹੀਂ ਕਰਉਣੀ ਫੋਟੋ ਹਾਂ ਮੈਂ ਸਾਡੇ ਦਿਮਾਗ ਦੇ ਵਿੱਚ ਮੇਰੇ ਦਿਮਾਗ ਚ ਸ਼ੁਰੂ ਤੋਂ ਨਹੀਂ ਕਦੀ ਬਹਿ ਮਿਲਿਆ ਕਿ ਮੈਂ ਕਿਸੇ ਕਿਸੇ ਕਰਕੇ ਮੈਂ ਮੈਂ ਵੱਡਾ ਹੋ ਜਾਈਂ ਜਾਂ ਮੇਰੀ ਕਿਸੇ ਨਾ ਫੋਟੋ ਆ ਗਈ ਜਾਂ ਮੇਰੀ ਕਿਸੇ ਨਾ ਫੋਟੋ ਲੱਗ ਗਈ ਤੇ ਮੈਂ ਆਪਣੇ ਆਪ 'ਚ ਉੱਚਾ ਹੋ ਜਾਈਂ ਹਾਂ ਮੇਰਾ ਮੇਰੇ ਨਾਲ ਤੁਸੀਂ ਉਦਾਂ ਹੀ ਮਿਲਣਾ ਵਰਤਨ ਜਿੱਦਾਂ ਮੈਂ ਤੁਹਾਡਾ ਮਿਲਣਾ ਬਿਲਕੁਲ ਬਿਲਕੁਲ ਜੇ ਮੈਂ ਮੇਰੀ ਫੋਟੋ ਚਾਹੇ ਜਿੱਤੇ ਮਰਜ਼ੀ ਵੱਡੇ ਬੰਦੇ ਨਾਲ ਆ ਹਾਂ ਜੇ ਮੇਰੀ ਜ਼ੁਬਾਨ ਨਹੀਂ ਚੰਗੀ ਜਾ ਮੇਰੀਆਂ ਕਰਤੂਤਾ ਨੇ ਚੰਗੀਆਂ ਤੁਸੀਂ ਬਾਹਰ ਦਰਵਾਜ਼ਾ ਭੇਡ ਲੈਣਾ ਤੂੰ ਕਹਿਆ ਯਾਰ ਬੂਹਾ ਬੰਦ ਕਰ ਰਿਹਾ ਕਹਦੇ ਆ ਨਹੀਂ ਚੱਕੀ ਪਾਉਂ ਪਾਉਂ ਫੋਟੋਆਂ ਚੱਕੀ ਫਿਰੋ ਪਿਆ ਆ ਦੇਖੋ ਮੇਰੀ ਫੋਟੋ ਫਲਾਣਾ ਕੋਈ ਪਰਵਾਹ ਨਹੀਂ ਅੱਜ ਕੱਲ੍ਹ ਕਰਦਾ ਅੱਜ ਕੱਲ੍ਹ ਕੀ ਸਾਬ ਅੱਜ ਕੱਲ੍ਹ ਨਹੀਂ ਪਹਿਲਾਂ ਤੋਂ ਹੀ ਨਹੀਂ ਚਲੋ ਪਹਿਲਾਂ ਕਰਤਾਰ ਦੀ ਕੀਮਤ ਆ ਬੰਦੇ ਦੀ ਜ਼ੁਬਾਨ ਦੀ ਕੀਮਤ ਆ ਬੰਦਾ ਬੰਦੇ ਦੀ ਅੱਖ ਦੀ ਕੀਮਤ ਆ ਕਿ ਤੂੰ ਜੀ ਬੰਦੇ ਦੀ ਔਕਾਤ ਦੀ ਕੀਮਤ ਆ ਆ ਬੰਦਾ ਕਿੰਨੀ ਕੁ ਔਕਾਤ ਦਾ ਜਿਹੜਾ ਉਹ ਮਾਲ ਕਿਆ ਕਿੰਨੀ ਕੀ ਲਿਆ ਕੇ ਤੇ ਆ ਉਸ ਬੰਦੇ